ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਮੇਨੀਆ ਤੇ ਅੱਜ ਮੂਵੀ ਫ੍ਰਾਈਡੇ ਤੇ ਅਸੀਂ ਪਹੁੰਚ ਚੁੱਕੇ ਹਾਂ ਪਿਕਾਡਲੀ ਮਾਲ ਚੰਡੀਗੜ੍ਹ, ਜਿੱਥੇ ਮੂਵੀ ਰਿਲੀਜ਼ ਹੋ ਰਹੀ ਹੈ ਹਾਈ ਐਂਡ ਯਾਰੀਆਂ। ਮੂਵੀ ਨੂੰ ਡਾਇਰੈਕਟ ਕੀਤਾ ਪੰਕਜ ਬਤਰਾ ਨੇ ਤੇ ਮੂਵੀ ਦੇ ਲੀਡ ਸਟਾਰ ਕਾਸਟ ਨਜ਼ਰ ਆਣਗੇ ਰਣਜੀਤ ਬਾਵਾ, ਨਿੰਜਾ ਤੇ ਜੱਸੀ ਗਿੱਲ। ਆਓ ਹੁਣ ਆਪਾਂ ਲੋਕਾਂ ਤੋਂ ਪੁੱਛਦੇ ਹਾਂ ਉਹਨਾਂ ਨੂੰ ਮੂਵੀ ਕਿੱਦਾਂ ਦੀ ਲੱਗੀ। ਮੂਵੀ ਕਿੱਦਾਂ ਦੀ ਲੱਗੀ? ਮੂਵੀ ਤਾਂ ਜੀ ਵਧੀਆ ਸੀ, ਬਹੁਤ ਵਧੀਆ ਮੂਵੀ ਆ ਜੀ। ਸਭ ਦੀ ਐਕਟਿੰਗ ਕਿਵੇਂ ਆ? ਰਣਜੀਤ ਬਾਵਾ ਦੀ ਐਕਟਿੰਗ ਬਹੁਤ ਚੰਗੀ ਆ ਜੀ, ਸਭ ਤੋਂ ਵਧੀਆ ਐਕਟਿੰਗ ਕਰੀ ਆ ਰਣਜੀਤ ਬਾਵਾ ਨੇ। ਹਾਈ ਆ ਜੀ, ਬਾਵਾ ਦੀ ਐਕਟਿੰਗ ਬਹੁਤ ਵਧੀਆ ਸੀ ਜੀ। ਕਿੰਨੇ ਸਟਾਰ ਦੇਣਾ ਚਾਹੋਗੇ ਪੰਜ ਵਿੱਚੋਂ? 5 ਸਟਾਰ ਜੀ। ਹਾਈ ਸਟਾਰ, ਹਾਈ ਆ ਜੀ। ਅੱਛੀ, ਬਹੁਤ ਵਧੀਆ, ਬਹੁਤ ਵਧੀਆ। ਸਭ ਦੀ ਐਕਟਿੰਗ ਕਿਵੇਂ ਸੀ? ਬਿਊਟੀਫੁਲ, ਗੁੱਡ ਗੁੱਡ, ਬਹੁਤ ਸੇਰਾ ਜੀ। ਸਭ ਦੀ ਐਕਟਿੰਗ ਕਿਵੇਂ ਆ? ਬਹੁਤ ਸੋਹਣੀ ਆ। ਰਣਜੀਤ ਬਾਵਾ ਦੀ ਐਕਟਿੰਗ ਸਭ ਤੋਂ ਸੋਹਣੀ ਆ, 10 ਤੋਂ 10। ਬਹੁਤ ਵਧੀਆ ਸੀ। ਮੰਗਾ ਸਿੰਘ ਗ੍ਰੇਟ, ਬਹੁਤ ਵਧੀਆ ਮੈਮ, ਬਹੁਤ ਵਧੀਆ, ਬਹੁਤ ਵਧੀਆ ਲੱਗੀ, ਬਹੁਤ ਵਧੀਆ ਮੂਵੀ ਆ, ਮਜ਼ਾ ਆ ਗਿਆ। ਰਣਜੀਤ ਬਹੁਤ ਵਧੀਆ ਜੀ, ਮੰਗਾ ਸੁਪਰ ਹਿੱਟ ਹੈ, ਬਹੁਤ ਅੱਛੀ ਲੱਗੀ। ਕਿੰਨੇ ਸਟਾਰਸ ਦੇਣਾ ਚਾਹੋਗੇ? 100 ਹੈ। ਰਣਜੀਤ ਬਾਵਾ ਦੀ ਐਕਟਿੰਗ ਬਹੁਤ ਅੱਛੀ ਹੈ, ਦਿਸ ਇਜ਼ ਫੈਂਟਾਸਟਿਕ ਮੂਵੀ, ਰੀਅਲੀ ਐਵਰੀਬਾਡੀ ਸ਼ੁੱਡ ਸੀ ਮੈਮ। ਵੈਰੀ ਨਾਈਸ ਮੂਵੀ, ਵਧੀਆ ਜੀ, ਵਧੀਆ, ਬਹੁਤ ਕੈਂਟ, ਬਹੁਤ ਵਧੀਆ ਜੀ। ਬਾਵਾ ਦੀ ਐਕਟਿੰਗ ਬਹੁਤ ਵਧੀਆ ਸੀ। ਕਿੰਨੇ ਸਟਾਰਸ ਦੇਣਾ ਚਾਹੋਗੇ 5 ਵਿੱਚੋਂ? 5 ਸਟਾਰ। ਮੂਵੀ ਬਹੁਤ ਸੋਹਣੀ ਹੈ, ਸਾਰਿਆਂ ਦੀ ਬਹੁਤ ਘੈਂਟ ਆ, ਔਰ ਇੱਕ ਨਵਾਂ ਕਨਸੈਪਟ ਆਪਣੀ ਫਿਲਮ ਦੇ ਲਈ, ਪੰਜਾਬੀ ਸਿਨੇਮਾ ਲਈ। ਸੋ ਤੁਸੀਂ ਸਾਰੇ ਪਲੀਜ਼ ਦੇਖ ਕੇ ਆਓ, ਯਾਰਾਂ ਦੀ ਕਹਾਣੀ ਆ, ਕਾਮੇਡੀ ਵੀ ਆ, ਸਾਰਾ ਸਾਰਾ ਕੁਝ ਮਿਲੇਗਾ, ਰੋਮਾਂਸ ਵੀ ਆ, ਰੋਣਾ ਵੀ ਆ, ਸਭ ਕੁਝ ਆ, ਐਵਰੀਥਿੰਗ। ਗਾਣੇ ਬਹੁਤ ਸੋਹਣੇ ਨੇ ਫਿਲਮ ਦੇ, ਤੁਸੀਂ ਪਹਿਲਾਂ ਦੇਖੇ ਵੀ ਹੋਣੇ ਆ, ਸੁਣੇ ਵੀ ਹੋਣੇ ਆ, ਸੋ ਇੱਕ ਦੋ ਹੋਰ ਸਸਪੈਂਸ ਵਿੱਚ ਹੈਗੇ, ਸਾਰੇ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੇਗਾ। ਤੇ ਕਿੰਨੇ ਸਟਾਰਸ ਦੋਗੇ? 4.5 ਬੰਦੇ ਆ। ਥੈਂਕ ਯੂ, ਥੈਂਕ ਯੂ। ਵਧੀਆ ਵਧੀਆ ਜੀ, ਇੱਕ ਨੰਬਰ। ਸਭ ਦੀ ਐਕਟਿੰਗ ਕਿਵੇਂ ਆ? ਬਾਵੇ ਦੀ ਐਕਟਿੰਗ ਸਭ ਤੋਂ ਘੈਂਟ ਆ ਜੀ, ਆਪਣਾ ਪਿੰਡਾਂ ਦਾ ਸਾਫ ਕਿਤਾਬ ਹੈ, ਘੈਂਟ ਐਂਡ ਕਰਾਤੀ ਬਾਈ ਨੇ, ਸਟਾਰ ਆਪਣੇ ਫੁੱਲ ਆ ਜੀ, 10 ਵਿੱਚੋਂ 10। ਕਿੰਨੇ ਸਟਾਰਸ ਦੇਣਾ ਚਾਹੋਗੇ 5 ਵਿੱਚੋਂ? 5 ਤੋਂ 5 ਤਾਂ 5 ਇਟ ਸ਼ੁੱਡ ਬੀ 5 5 10 ਟੂ 10 4.5 10 ਆਊਟ ਆਫ 10 5 ਸਟਾਰ। ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਡੀਆ।